ਬਾਬਾ ਜੀ ਸਤਿ ਸ਼੍ਰੀ ਅਕਾਲ, ਰਣਜੀਤ ਸਿੰਘ ਜੀ ਬੋਲ ਰਹੇ ਹੋ? ਹਾਂਜੀ ਹਾਂਜੀ। ਬਾਬਾ ਜੀ ਮੈਂ ਵਿਜੇਪਾਲ ਬਰਾੜ ਬੋਲ ਰਿਹਾ, ਨਿਊਜ਼ 18 ਚੈਨਲ ਤੋਂ, ਚੰਡੀਗੜ੍ਹ ਤੋਂ। ਹਾਂਜੀ। ਥੋੜ੍ਹਾ ਜਿਹਾ ਅਸੀਂ ਇਹ ਪੁੱਛਣਾ ਸੀ ਤੁਹਾਨੂੰ ਜੀ, ਜਿਹੜੀ ਇੱਕ ਆਡੀਓ ਆਈ ਹੈ ਸਾਹਮਣੇ, ਜਿਹੜੀ ਤੁਸੀਂ ਅਨਾਊਂਸਮੈਂਟ ਕੀਤੀ ਗੁਰਦੁਆਰਾ ਸਾਹਿਬ 'ਚ, ਉਹ ਕੀ ਮਾਮਲਾ ਸੀ ਜੀ? ਉਹ ਸਿੱਧੂਪੁਰ ਜਥੇਬੰਦੀ ਹੱਥ ਪੈਸੇ ਮੰਗ ਰਹੀ ਹੈ ਜੀ ਗੋਲਕ ਚੋਂ ਜੀ। ਕਿਹੜੇ ਗੋਲਕ ਚੋਂ ਪੈਸੇ ਮੰਗੇ ਸੀ? ਕਾਹਦੇ ਪੈਸੇ ਸੀ ਉਹ? ਉਹ ਸਾਡੇ ਭੋਗ ਸੀਗਾ ਸ਼ੁਭਕਰਨ ਸਿੰਘ ਦਾ ਜੀ, ਐਤਵਾਰ ਨੂੰ। ਐਤਵਾਰ ਨੂੰ? ਹਾਂਜੀ ਹਾਂਜੀ। ਅੱਛਾ ਜੀ। ਉਹ ਕਹਿੰਦੇ ਜੀ ਪੈਸਾ ਬਾਹਲਾ ਚੜ੍ਹ ਗਿਆ ਜੀ, ਸਾਡਾ ਇਕੱਠ ਬਾਹਲਾ ਸੀਗਾ ਜੀ। ਅੱਛਾ ਜੀ। ਅਤੇ ਉਹ 'ਚੋਂ ਕਹਿੰਦੇ ਸਾਨੂੰ ਜੀ 1,00,000 ਰੁਪਏ ਸਹਾਇਤਾ ਦਿਓ ਜੀ। ਅੱਛਾ ਜੀ। ਹਾਂਜੀ ਹਾਂਜੀ। ਅਤੇ ਕੌਣ ਆਇਆ ਸੀ ਤੁਹਾਡੇ ਕੋਲ? ਗੁਰਪ੍ਰੀਤ ਸਿੰਘ ਜੀ ਇੱਕ, ਤਾਂ ਇੱਕ ਅਮਰਜੀਤ ਸਿੰਘ ਜੀ ਜੀ, ਪੰਜ ਚਾਰ ਬੰਦੇ ਨੇ ਨਾ ਹੋਰ ਸੀਗੇ ਜੀ, ਸਿੱਧੂਪੁਰ ਦੇ ਜੀ। ਅਤੇ ਤੁਹਾਨੂੰ ਕੋਈ ਖਰਚਾ ਦਿਖਾਇਆ ਵੀ ਸੀ ਲਿਖਿਆ ਹੋਇਆ? ਉਹ ਤਾਂ ਪਰਿਵਾਰ ਨੂੰ ਦਿਖਾਇਆ ਜੀ, ਸਾਨੂੰ ਤਾਂ ਸੱਥ ਤਾਂ ਡਿਮਾਂਡ ਚੱਕ ਕੇ ਕਹਿੰਦੇ ਸਾਡਾ ਜੀ ਲੱਖ, ਕਹਿੰਦੇ ਵੀ 2,50,000 ਰੁਪਏ ਖਰਚਾ ਹੋਇਆ, ਸਾਨੂੰ ਸਹਾਇਤਾ ਦਿਓ ਜੀ। ਅੱਛਾ ਜੀ। ਹਾਂਜੀ ਹਾਂਜੀ। ਅਤੇ ਸਾਡੀ ਉਹਨਾਂ ਨਾਲ ਵੀ ਗੱਲ ਹੋਈ, ਉਹਨਾਂ ਨੇ ਕਿਹਾ ਕਿ ਅਸੀਂ ਚੜਾਵੇ ਦੇ ਪੈਸੇ ਨਹੀਂ ਮੰਗੇ, ਅਸੀਂ ਤੇ ਵੈਸੇ ਹੀ ਗੁਰਦੁਆਰਾ ਕਮੇਟੀਆਂ ਤੋਂ ਜਥੇਬੰਦੀ ਮਦਦ ਲੈਂਦੀ ਆ, ਤੇ ਅਸੀਂ ਤਾਂ ਉਹਦੇ ਮਦਦ ਲਈ ਆਏ ਸੀ, ਤੇ ਇਹ ਗੁੰਮਰਾਹ ਕੌਣ ਪ੍ਰਚਾਰ ਕੀਤਾ ਜਾ ਰਿਹਾ? ਨਹੀਂ ਜੀ, ਉਹ ਕਹਿੰਦੇ ਜੇ ਤੁਸੀਂ ਸਾਨੂੰ ਸਾਨੂੰ ਐਂ ਪਤਾ ਹੁੰਦਾ ਤੁਹਾਡੇ, ਅਸੀਂ ਚਾਦਰ ਵਸਾਉਂਦੇ ਮੂਹਰੇ ਜੀ। ਚਾਦਰ ਕਿਹੜੀ ਜੀ? ਵੀ ਚਾਦਰ ਵਸਾ ਕੇ ਵੀ ਗੋਲਕ ਤੋਂ ਅੱਡ ਪਾਸੇ ਜੀ। ਅੱਛਾ। ਵੀ ਅਸੀਂ ਗੋਲਕ ਵੀ ਅੱਡ ਧਰਦੇ ਆ ਉਹਦੀ। ਅੱਛਾ ਜੀ। ਅਤੇ ਬਾਬੇ ਦੀ ਸਵਾਰੀ ਵੀ ਪਾਸੋਂ ਲਿਆਉਂਦੇ ਜੀ, ਐਂ ਸਾਨੂੰ ਉਹਨੇ ਪ੍ਰਚਾਰ ਕਰਿਆ ਸਾਡੇ ਕੋਲ ਜੀ। ਅੱਛਾ, ਤੁਸੀਂ ਫਿਰ ਉਹਨਾਂ ਨੂੰ ਕੀ ਕਿਹਾ? ਮੈਂ ਕਿਹਾ ਜੀ ਮੈਂ ਤਾਂ ਆਪਦੀ ਕਮੇਟੀ ਨੇ ਰਾਇ ਕਰਕੇ ਦੱਸੂੰਗਾ ਜੀ ਤੁਹਾਨੂੰ, ਕਹਿੰਦੇ 1,00,000 ਰੁਪਏ ਦਿਓ ਜੀ। ਮੈਂ ਕਿਹਾ ਮੈਂ ਦੇ ਨਹੀਂ, ਇਕੱਲਾ ਨਹੀਂ ਦੇ ਸਕਦਾ ਜੀ, ਸਾਰੀ ਕਮੇਟੀ ਫੈਸਲਾ ਕਰਕੇ ਦੱਸਾਂਗੇ ਜੀ। ਫਿਰ ਕੀ ਫੈਸਲਾ ਹੋਇਆ ਜੀ ਉਸ ਤੋਂ ਬਾਅਦ? ਅਸੀਂ ਮੈਂ ਕਮੇਟੀ ਨੂੰ ਕਿਹਾ ਵੀ, ਕਮੇਟੀ ਕਹਿੰਦੇ ਵੀ ਆਪਣੇ ਤਾਂ ਗੁਰੂ ਦੇ ਪੈਸੇ ਆ ਜੀ, ਇਹਨਾਂ ਦਾ ਆਪਾਂ ਕੀ ਦੇ ਸਕਦੇ? ਉਹ ਕਹਿੰਦੇ ਥੋੜ੍ਹਾ ਜਲੂਸ ਕੱਢ ਦੇਣਗੇ ਜੀ ਇੱਥੇ ਤੁਹਾਡੇ ਪਿੰਡ 'ਚ, ਸਾਡੇ ਪਿੰਡ 'ਚ। ਅੱਛਾ ਜੀ। ਅਸੀਂ ਬਾਹਰੋਂ ਸਵਾਰੀ ਲਿਆਉਂਦੇ ਸੀ, ਸਾਡੇ ਕਿਸੇ ਨਾਲ ਹੋਰ ਗੱਲ ਹੋ ਗਈ ਸੀ ਵੀ 50,000 ਰੁਪਏ ਸਾਨੂੰ ਦੇ ਦਿਓ, ਦੂਜੇ ਪੈਸੇ ਤੁਹਾਡੇ, ਸਾਡਾ ਕਿਸੇ ਨਾਲ ਗੱਲਬਾਤ ਹੋਰ ਹੋ ਗਈ ਸੀ। ਬਾਬੇ ਦੀ ਸਵਾਰੀ ਕਿਤੋਂ ਬਾਹਰੋਂ ਲਿਆਉਂਦੇ ਜੀ ਅਸੀਂ। ਅੱਛਾ ਜੀ। ਫਿਰ ਤੁਸੀਂ ਪਿੰਡ ਵਾਸੀਆਂ ਨੂੰ ਇਕੱਠਾ ਕੀਤਾ ਸੀ? ਹਾਂਜੀ ਹਾਂਜੀ। ਉਹ ਵੀ ਆਏ ਸੀ? ਪਿੰਡ ਸਾਰਾ ਇਕੱਠਾ ਹੋ ਗਿਆ ਸੀਗਾ ਜੀ। ਤੇ ਉਹ ਜਥੇਬੰਦੀ ਵਾਲੇ ਵੀ ਆਏ ਸੀ? ਜਥੇਬੰਦੀ ਨਹੀਂ ਪਹੁੰਚੀ ਜੀ। ਅੱਛਾ, ਫਿਰ ਤੁਸੀਂ ਕੀ ਕੀ ਗੱਲਬਾਤ ਕੀਤੀ ਪਿੰਡ ਵਾਸੀਆਂ ਦੇ ਨਾਲ, ਕੀ ਫੈਸਲਾ ਹੋਇਆ ਮਿਲ ਕੇ? ਪਿੰਡ ਵਾਸੀਆਂ ਨੇ ਦੱਸਿਆ ਵੀ ਸਾਡੇ ਨਾਲ ਵੀ ਯਾਰ ਉਹ ਮੰਗ ਰੱਖ ਰਹੇ ਜੀ, ਉਹ ਪਿੰਡ ਵਾਲੇ ਕਹਿੰਦੇ ਜੀ ਕੋਈ ਨਾ 5 ਪੈਸੇ ਦੇਣੇ ਜੀ ਕਿਸੇ ਨੂੰ। ਫਿਰ ਇੱਕ ਉਹਨਾਂ ਨੇ ਵੀ ਇੱਕ ਅਨਾਊਂਸਮੈਂਟ ਕੀਤੀ ਸੀ ਗੁਰਦੁਆਰਾ ਸਾਹਿਬ ਤੋਂ, ਉਹ ਤੁਹਾਡੇ ਵਾਲੇ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਹੋਈ? ਅਨਾਊਂਸਮੈਂਟ ਉੱਥੇ ਕਰਦੇ ਜੀ। ਹਾਂਜੀ। ਉਹ ਅੱਛਾ, ਉਹਨਾਂ ਨੇ ਫਿਰ ਤੁਹਾਨੂੰ ਕੀ ਕਿਹਾ? ਕਿਉਂਕਿ ਉਹ ਕਹਿ ਰਿਹਾ ਕਿ ਇਹ ਤਾਂ ਜੀ ਮਸਲਾ ਹੱਲ ਹੋ ਗਿਆ, ਅਸੀਂ ਤੇ ਵੈਸੇ ਮਦਦ ਮੰਗੀ ਸੀ, ਇਹਦੇ 'ਚ ਗੋਲਕ ਦਾ ਕੋਈ ਤਲਕ ਨਹੀਂ ਸੀ, ਇਹ ਗੱਲ ਉਹ ਕਹਿ ਰਹੇ ਨੇ। ਉਹ ਝੂਠ ਕਹਿ ਰਹੇ ਜੀ ਉਹ। ਤੇ ਤੁਸੀਂ ਇਹ ਅੱਗੇ ਗੱਲ ਫਿਰ ਪਿੰਡ ਵਾਲਿਆਂ ਨੂੰ ਦੱਸੀ? ਉਸ ਅਸੀਂ ਆਖਿਆ ਵੀ ਸਪਸ਼ਟੀਕਰਨ ਕਰੋ ਸਾਡੇ ਕੋਲ ਆ ਕੇ ਵੀ। ਹਾਂਜੀ। ਅੱਛਾ ਜੀ। ਉਹ ਉਹਨਾਂ ਸਪਸ਼ਟੀਕਰਨ ਕੋਈ ਸਾਡੇ ਬੰਦੇ ਮੁੱਕਰ ਕੇ ਸਾਰੇ ਭੱਜ ਗਏ ਜੀ ਉਹ। ਅੱਛਾ। ਸਪਸ਼ਟੀਕਰਨ ਕੋਈ, ਅਸੀਂ ਆਖਿਆ ਵੀ ਪਿੰਡ ਦੇ ਸਾਹਮਣੇ ਸਪਸ਼ਟੀਕਰਨ ਕਰੋ ਜੀ, ਉਹ ਭੱਜ ਗਏ ਜੀ, ਉਹ ਮੁੜ ਕੇ ਆਏ ਨੇ ਸਾਡੇ ਕੋਲ ਜੀ। ਅੱਛਾ ਜੀ। ਤੇ ਫਿਰ ਜਿਹੜਾ ਉਹ ਕਹਿ ਰਹੇ ਸੀਗੇ ਵੀ 3-4 ਲੱਖ ਰੁਪਇਆ ਇਕੱਠਾ ਹੋਇਆ, ਫਿਰ ਉਹਦਾ ਕੀ ਬਣਿਆ? ਤੁਸੀਂ ਉਹਦਾ ਪਿੰਡ ਵਾਲਿਆਂ ਨੂੰ ਦੱਸਿਆ? ਉਹ ਅਸੀਂ ਪਿੰਡ ਦੇ ਸਾਹਮਣੇ ਗੋਲਕ ਗਰੰਟੀ ਜੀ ਸਾਰੀ ਅੱਜ। ਅੱਛਾ ਜੀ। ਉਹ 'ਚੋਂ 90,000 ਰੁਪਇਆ ਨਿਕਲਿਆ ਜੀ ਗੋਲਕ 'ਚੋਂ ਅੱਜ ਜੀ। ਅੱਛਾ ਜੀ। ਹਾਂਜੀ, 90,000 ਰੁਪਇਆ ਗੋਲਕ ਸਾਰੇ ਪਿੰਡ ਦੇ ਸਾਹਮਣੇ ਅਸੀਂ ਗਰੰਟੀ
ਅੱਜ 15 ਬੰਦੇ ਸੀਗੇ ਗੋਲਫ ਗਿਣ ਕੇ, 90,000 ਰੁਪਇਆ ਨਿਕਲੇ ਜਦੋਂ। ਅੱਛਾ ਜੀ, ਤੇ ਉਹਨਾਂ ਨੂੰ ਤੁਸੀਂ ਮਨਾ ਕਰਤਾ ਵੀ ਅਸੀਂ ਕੋਈ ਪੈਸਾ ਨਹੀਂ ਦੇਣਾ? ਹਾਂਜੀ ਹਾਂਜੀ, ਮਤਾ ਪਾਤਾ ਜੀ, ਵੀ ਇਸ ਤੋਂ ਬਾਅਦ ਆਪਾਂ ਕਿਸੇ ਜਥੇਬੰਦੀ ਨੂੰ ਪੈਸੇ ਨਹੀਂ ਦੇਣਾ ਜੀ। ਅੱਛਾ, ਅੱਗੇ ਤੋਂ ਵੀ ਮਤਾ ਪਾਤਾ ਕਿ ਮਦਦ ਲਈ ਵੀ ਹਾਂਜੀ ਨਹੀਂ ਦੇਣੇ? ਨਹੀਂ ਦੇਣੇ ਜੀ। ਹਾਂਜੀ ਠੀਕ ਹੈ, ਧੰਨਵਾਦ ਬਾਬਾ ਜੀ, ਸ਼ੁਕਰੀਆ ਸਾਡੇ ਨਾਲ ਗੱਲ ਕਰਨ ਲਈ।